देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਉਹ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦਾ ਸਾਲ ਹੈ ਔਰ ਇਹ ਸਾਲ ਬਹੁਤ ਤਰੀਕਿਆਂ ਨਾਲ ਬਹੁਤ ਮਾਧਿਅਮਾਂ ਦੁਆਰਾ ਉਹਨਾਂ ਨੂੰ ਅਸੀਂ ਉਹਨਾਂ ਦੀ ਪਾਵਨ ਯਾਦ ਨੂੰ ਅਸੀਂ ਸਮਰਪਿਤ ਕਾਰਜ ਕਰ ਰਹੇ ਹਾਂ ਸੋ ਇਹੋ ਜਿਹਾ ਇੱਕ ਕਾਰਜ ਹਰਪ੍ਰੀਤ ਸਿੰਘ ਸੰਧੂ ਹੋਣਾ ਕੀਤਾ ਪੰਜਾਬ ਦੇ ਪ੍ਰਸਿੱਧ ਕਵੀ ਅਤੇ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਦੇ ਵੱਲੋਂ ਵਕੀਲ ਹਰਪ੍ਰੀਤ ਸੰਧੂ ਦੀ ਡਾਕੂਮੈਂਟਰੀ ਦੀ ਸ਼ਲਾਘਾ ਕੀਤੀ ਗਈ ਹੈ। ਹਰਪ੍ਰੀਤ ਸੰਧੂ ਦੇ ਵੱਲੋਂ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਇੱਕ ਖਾਸ ਡਾਕੂਮੈਂਟਰੀ ਬਣਾਈ ਗਈ ਜਿਸ ਦੇ ਵਿੱਚ ਉਹਨਾਂ ਦੀ ਪੂਰੀ ਜੀਵਨ ਯਾਤਰਾ ਨੂੰ ਦਰਸਾਇਆ ਗਿਆ ਹੈ ਤੇ ਇਸੇ ਦੀ ਸ਼ਲਾਘਾ ਪਦਮ ਸ਼੍ਰੀ ਸੁਰਜੀਤ ਪਾਤਰ ਦੇ ਵੱਲੋਂ ਕੀਤੀ ਗਈ ਹੈ। ਕੀ ਕੁਝ ਉਹਨਾਂ ਨੇ ਇਸ ਡਾਕੂਮੈਂਟਰੀ ਦੇ ਬਾਰੇ ਕਿਹਾ ਅਤੇ ਇਸ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਸੁਣੋ ਪੂਰੀ ਗੱਲਬਾਤ ਮੰਗਲਵਾਰ ਸਵੇਰੇ 11 ਵਜੇ ਸਿਰਫ ਦੈਨਿਕ ਸਵੇਰਾ ਟੀਵੀ ਤੇ।